ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਡਿਜ਼ਾਈਨ ਜਿਹੜਾ ਆ ਜਾਲੀ ਵਾਲਾ ਡਿਜ਼ਾਈਨ ਆ ਤੇ ਇਹ ਡਿਜ਼ਾਈਨ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਹੁੰਦਾ ਹੈ ਉਲਟੀ ਸਿਲਾਈ ਪੂਰੀ ਇਹਦੇ ਵਿੱਚ ਉਲਟੀ ਬਣੇਗੀ ਸਿੱਧੀਆਂ ਸਿਲਾਈਆਂ ਦੇ ਵਿੱਚ ਹੀ ਡਿਜ਼ਾਈਨ ਬਣੇਗਾ ਤੇ 14 ਕੁੰਡਿਆਂ ਦਾ ਡਿਜ਼ਾਈਨ ਆ ਇੱਕ ਇੱਕ ਕੁੰਡਾ ਸਾਈਡ ਤੇ ਵਾਧੂ ਪਾ ਲਾਂਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ 12 ਸਿਲਾਈਆਂ ਦਾ ਟੋਟਲ ਡਿਜ਼ਾਈਨ ਆ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਹੀ ਬੈਲ ਆਈਕਨ ਨੂੰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਇੱਕ ਡਿਜ਼ਾਈਨ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਇਸੇ ਤਰ੍ਹਾਂ ਅੱਗੇ ਤੋਂ ਅੱਗੇ 14-14 ਕੁੰਡਿਆਂ ਦਾ ਡਿਜ਼ਾਈਨ ਜਿਹੜਾ ਰਿਪੀਟ ਕਰਦੇ ਜਾਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਇਸ ਤੋਂ ਬਾਅਦ 6 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ 2 3 4 5 6 6 ਕੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਿੱਧਾ ਹੁੰਦੇ ਹੋਏ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੈ ਤੇ ਇੱਥੇ ਇੱਕ ਪਾ ਲੈਣੀ ਹੈ ਜਾਲੀ ਇੱਕ ਮੀਂਜ਼ ਵਾਲ ਪਾ ਲੈਣਾ ਤੁਸੀਂ ਇਸ ਤਰ੍ਹਾਂ ਕਰਕੇ ਧਾਗਾ ਅੱਗੇ ਕਰਕੇ ਵੀ ਵਾਲ ਪਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਵੀ ਵਾਲ ਪਾ ਸਕਦੇ ਹੋ ਇਸ ਤੋਂ ਅੱਗੇ 6 ਕੁੰਡੇ ਜਿਹੜੇ ਫੇਰ ਸਿੱਧੇ ਬਣਾਵਾਂਗੇ 2 3 4 5 6 6 ਕੁੰਡੇ ਫੇਰ ਸਿੱਧੇ ਬਣਾ ਲੈ ਆਸਟ ਵਾਲਾ ਕੁੰਡਾ ਜਿਹੜਾ ਉਹ ਵੀ ਸਿੱਧਾ ਬਣਾ ਕੇ ਸਲਾਈ ਆਪਣੀ ਕੰਪਲੀਟ ਕਰ ਲਾਂਗੇ ਹੁਣ ਉਲਟੀ ਸਲਾਈ ਤੇ ਆ ਗਏ ਆਂ ਤੇ ਉਲਟੀ ਸਲਾਈ ਪੂਰੀ ਉਲਟੀ ਹੀ ਬਣੇਗੀ ਹੁਣ ਮੈਂ ਫੇਰ ਤੁਹਾਨੂੰ ਸਿੱਧੀ ਸਲਾਈ ਤੇ ਦੱਸਦੀ ਆਂ ਹੁਣ ਆਪਾਂ ਆ ਗਏ ਆਂ ਤੀਸਰੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾ ਲੈ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ 1 2 ਤੇ 3 ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਧਾਗਾ ਆਪਣਾ ਪਿਛਲੀ ਸਾਈਡ ਲੈ ਜਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਿੱਧਾ ਹੁੰਦੇ ਹੋਏ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਫਿਰ ਇੱਕ ਵਾਲ ਪਾਵਾਂਗੇ ਜਿਹੜਾ ਆਪਾਂ ਇਥੋਂ ਕੁੰਡਾ ਘਟਾਇਆ ਸੀ ਉਹ ਇੱਥੇ ਆਪਾਂ ਵਧਾ ਦਿੱਤਾ ਹੁਣ ਅੱਗੇ ਆਪਾਂ 7 ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 ਤੇ 7 7 ਸਿੱਧੇ ਬਣ ਗਏ ਲਾਸਟ ਵਾਲਾ ਜਿਹੜਾ ਇਹਨੂੰ ਵੀ ਆਪਾਂ ਸਿੱਧਾ ਹੀ ਬਣਾਉਣਾ ਉਲਟੀ ਸਲਾਈ ਪੂਰੀ ਉਲਟੀ ਬਣੇਗੀ ਚੌਥੀ ਸਲਾਈ ਹੁਣ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਹੁਣ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾਉਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਫੇਰ ਉਲਟੇ ਬਣਾਵਾਂਗੇ 1 2 ਤਿੰਨ ਤਿੰਨ ਗੁੰਡੇ ਉਲਟੇ ਬਣਾ ਲਏ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਤਾ ਇੱਥੇ ਫਿਰ ਇੱਕ ਜਾਲੀ ਪਾਵਾਂਗੇ ਤੇ ਅੱਠ ਗੁੰਡੇ ਸਿੱਧੇ ਬਣਾਵਾਂਗੇ 1 2 3 4 5 6 7 ਤੇ 8 ਤੇ ਲਾਸਟ ਵਾਲਾ ਵੀ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਗਈ ਹੁਣ ਆਪਾਂ ਛੇਵੀਂ ਸਲਾਈ ਜਿਹੜੀ ਉਲਟੀ ਪਲੇਨ ਬਣਾਵਾਂਗੇ ਹਾਗੇ ਹਾਂ 7ਵੀਂ ਸਲਾਈ ਤੇ 7ਵੀਂ ਸਲਾਈ ਜਿਹੜੀ ਇਹ ਥੋੜੀ ਜੀ ਚੇਂਜ ਹੋਏਗੀ ਇੱਧਰ ਦੇਖੋ ਪਹਿਲਾ ਕੁੰਡਾ ਉਤਾਰ ਲਿਆ ਇਸ ਤੋਂ ਬਾਅਦ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ 1 2 3 3 ਕੁੰਡੇ ਉਲਟੇ ਬਣਾ ਕੇ ਧਾਗਾ ਪਿੱਛੇ ਕਰ ਲਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਫਿਰ ਇੱਥੇ ਇੱਕ ਜਾਲੀ ਪਾ ਲੈਣੀ ਆਪਾਂ ਵੇਖੋ ਇੱਕ ਜਾਲੀ ਪਾ ਕੇ ਇੱਕ ਕੁੰਡਾ ਸਿੱਧਾ ਬਣਾਉਣਾ ਵਾ ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ ਇੱਕ ਜਾਲੀ ਹੋਰ ਪਾਵਾਂਗੇ ਤੇ ਨਾਲ ਹੀ ਧਾਗਾ ਅੱਗੇ ਕਰ ਲਵਾਂਗੇ ਜਾਂ ਇਸ ਤਰ੍ਹਾਂ ਕਰਕੇ ਜਾਲੀ ਪਾਵਾਂਗੇ ਤੇ ਇਹ ਜਿਹੜਾ ਕੁੰਡਾ ਇਹਦਾ ਮੂੰਹ ਇੱਧਰ ਵਾਲੀ ਸਾਈਡ ਨੂੰ ਕਰਕੇ ਦੂਸਰੀ ਸਾਈਡ ਨੂੰ ਘੁਮਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਫਿਰ ਅੱਗੇ ਜਿਹੜੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ 1 2 3 4 5 6 ਕੁੰਡੇ ਸਿੱਧੇ ਬਣਾ ਲੇ ਲਾਸਟ ਵਾਲਾ ਵੀ ਸਿੱਧਾ ਬਣਾਉਣਾ ਹੁਣ ਉਲਟੀ ਸਲਾਈ ਜਿਹੜੀ 8ਵੀਂ ਆ ਉਹ ਪੂਰੀ ਪਲੇਨ ਬਣੇਗੀ ਹੁਣ ਆਪਾਂ ਆ ਗਏ ਆ 9ਵੀਂ ਸਲਾਈ ਤੇ 9ਵੀਂ ਸਲਾਈ 'ਚ ਵੇਖੋ ਕੀ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਇਸ ਤੋਂ ਬਾਅਦ 1 2 3 4 5 6 ਤੇ 7 ਕੁੰਡੇ ਆਪਾਂ ਸਿੱਧੇ ਬਣਾਵਾਂਗੇ 7 ਕੁੰਡੇ ਸਿੱਧੇ ਬਣਾ ਲਏ ਹੁਣ ਇੱਥੇ ਪਾਵਾਂਗੇ ਇੱਕ ਜਾਲੀ ਤੇ ਫਿਰ ਇਹ ਵਾਲਾ ਜਿਹੜਾ ਕੁੰਡਾ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਕਰਕੇ ਉਲਟਾ ਆਕੇ 2 ਤੋਂ 1 ਕਰ ਲੈਣਾ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਉਲਟੇ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਵੀ ਸਿੱਧਾ ਨੌਵੀਂ ਸਲਾਈ ਵੀ ਬਣ ਗਈ ਸਾਡੀ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਦਸਵੀਂ ਸਲਾਈ ਤੇ ਉਲਟੀ ਜਿਹੜੀ ਪੂਰੀ ਪਲੇਨ ਬਣਾਵਾਂਗੇ ਹੁਣ 11ਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ 8 ਕੁੰਡੇ ਸਿੱਧੇ 1 2 3 4 5 6 7 ਤੇ 8 ਕੁੰਡੇ ਸਿੱਧੇ ਫਿਰ ਇੱਥੇ ਪਾਵਾਂਗੇ ਜਾਲੀ ਤੇ ਇਹ ਵਾਲੇ ਕੁੰਡੇ ਨੂੰ ਫਿਰ ਇਸ ਤਰ੍ਹਾਂ ਉਲਟਾ ਕੇ ਫਿਰ ਇਹਨੂੰ ਸਿੱਧਾ ਬਣਾਉਣਾ ਆਪਾਂ 2 ਤੋਂ 1 ਕਰਨਾ ਬੈਕ ਲੂਪ ਤੋਂ ਫਿਰ 3 ਕੁੰਡੇ ਉਲਟੇ 1 2 3 ਉਲਟੇ 1 ਸਿੱਧਾ ਤੇ ਲਾਸਟ ਵਾਲਾ ਐਗਜ਼ਿਟ ਉਹ ਵੀ ਜਿਹੜਾ ਸਿੱਧਾ 11ਵੀਂ ਸਲਾਈ ਬਣ ਗਈ ਹੁਣ ਆ ਗਏ ਆ 12ਵੀਂ ਸਲਾਈ ਤੇ 12ਵੀਂ ਸਲਾਈ ਜਿਹੜੀ ਪੂਰੀ ਉਲਟੀ ਬਣੇਗੀ 12ਵੀਂ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਫਿਰ ਅੱਗੇ ਤੁਹਾਨੂੰ ਦੱਸਦੇ ਆ ਕਿ ਡਿਜ਼ਾਈਨ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ 12ਵੀਂ ਸਲਾਈ ਤੋਂ ਬਾਅਦ ਫਿਰ ਡਿਜ਼ਾਈਨ ਸਾਡਾ ਜਿਹੜਾ ਉਹ ਚੇਂਜ ਹੋਏਗਾ ਦੂਸਰੀ ਸਾਈਡ ਨੂੰ ਇਹਦਾ ਜਿਹੜਾ ਫੇਸ ਆ ਉਹ ਚਲੇ ਜਾਣਾ ਹੈ ਇੱਕ ਵਾਰ ਉਧਰਲੀ ਸਾਈਡ ਤੇ ਡਿਜ਼ਾਈਨ ਬੰਨਣਾ ਇੱਕ ਵਾਰੀ ਉਧਰਲੀ ਸਾਈਡ ਤੇ ਡਿਜ਼ਾਈਨ ਬੰਨਣਾ ਹੈ ਬਹੁਤ ਹੀ ਸੋਖਾ ਡਿਜ਼ਾਈਨ ਹੈ 12ਵੀਂ ਸਲਾਈ ਜਿਹੜੀ ਉਹ ਵੀ ਆਪਾਂ ਸਿੱਧੀ ਸਿੱਧੀ ਉਲਟੀ ਉਲਟੀ ਸੌਰੀ ਬਣਾ ਲਈਆ ਹੁਣ ਆਪਾਂ ਆ ਗਏ ਆ 13ਵੀਂ ਸਲਾਈ ਤੇ ਇਹ ਵੇਖੋ ਪਹਿਲਾਂ ਆਪਾਂ ਐਸ ਸਾਈਡ ਨੂੰ ਬਣਾਇਆ ਡਿਜ਼ਾਈਨ ਹੁਣ ਐਸ ਸਾਈਡ ਨੂੰ ਬਣਾਇਆ ਹੁਣ ਜਦੋਂ ਸਾਡੀ 13ਵੀਂ ਸਲਾਈ ਆਈ ਤੇ ਉਹਦੇ ਨਾਲ ਹੀ ਆਪਾਂ ਇਧਰਲੇ ਸਾਈਡ ਡਿਜ਼ਾਈਨ ਸ਼ੁਰੂ ਕਰਨਾ ਹੈ ਜਿਸ ਤਰ੍ਹਾਂ ਕਿ ਆਪਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਬਣਾਇਆ ਇੱਕ ਵਾਰ ਇਹਨੂੰ ਤੁਸੀਂ ਦੇਖ ਲਓ ਫਿਰ ਤੁਹਾਨੂੰ ਡਿਜ਼ਾਈਨ ਜਿਹੜਾ ਪੂਰੀ ਤਰ੍ਹਾਂ ਸਮਝ ਆਏਗਾ ਪਹਿਲਾ ਗੁੰਡਾ ਉਤਾਰ ਲਿਆ ਇਸ ਤੋਂ ਬਾਅਦ 6 ਗੁੰਡੇ ਸਿੱਧੇ ਬਣਾਵਾਂਗੇ 1 2 3 4 5 ਤੇ 6 ਜਦੋਂ 6 ਕੁੰਡੇ ਸਾਡੇ ਸਿੱਧੇ ਬਣ ਗਏ ਫਿਰ ਆਪਾਂ ਇੱਥੇ ਆਗੇ ਜਾਲੀ ਵਾਲੇ ਕੁੰਡੇ ਲਾ ਗਏ ਇੱਥੇ ਵੇਖੋ ਕੀ ਕਰਨਾ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਇੱਕ ਪਾਲੀ ਜਾਲੀ ਤੇ ਫਿਰ ਇੱਕ ਕੁੰਡਾ ਸਿੱਧਾ ਆ ਜਾਲੀ ਵਾਲਾ ਸਿੱਧਾ ਬਣਾ ਲਿਆ ਇੱਥੇ ਫਿਰ ਇੱਕ ਜਾਲੀ ਪੈਣੀ ਇਹ ਵਾਲੀ ਸਲਾਈ ਦੇ ਵਿੱਚ ਸਾਡੀ ਦੋ ਵਾਰ ਜਾਲੀ ਪੈਣੀ ਆ ਇੱਕ ਵਾਰੀ 7ਵੀਂ ਸਲਾਈ ਦੇ ਵਿੱਚ ਵੀ ਦੋ ਵਾਰ ਜਾਲੀ ਪੈਣੀ ਆ ਇਨੂੰ ਫੇਰ ਆਪਾਂ ਇੱਧਰ ਸਾਈਡ ਨੂੰ ਘੁਮਾ ਕੇ ਦੋ ਤੋਂ ਇੱਕ ਕਰ ਦੇਣਾ ਅਗਲੇ ਤਿੰਨ ਕੁੰਡੇ ਜਿਹੜੇ ਉਹ ਆਪਾਂ ਉਲਟੇ ਬਣਾਉਣੇ ਆ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਤੇਰਵੀਂ ਸਲਾਈ ਵੀ ਬਣ ਗਈ ਆ ਹੁਣ 14ਵੀਂ ਸਲਾਈ ਜਿਹੜੀ ਉਹ ਪੂਰੀ ਉਲਟੀ-ਉਲਟੀ ਆਪਾਂ ਬਣਾਵਾਂਗੇ ਪੂਰੀ ਸਲਾਈ ਉਲਟੀ-ਉਲਟੀ ਬਣਾ ਕੇ ਤੇ ਡਿਜ਼ਾਈਨ ਸਾਡਾ ਜਿਹੜਾ ਬਿਲਕੁਲ ਪੂਰਾ ਹੋ ਜਾਏਗਾ ਫਿਰ ਨਵੇਂ ਸਿਰੇ ਤੋਂ ਸਾਡਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਗਿਆ ਇਹਦੇ ਵਿੱਚ ਤਿੰਨ ਸਲਾਈਆਂ ਇਸ ਤਰ੍ਹਾਂ ਬਣ ਕੇ ਫਿਰ ਚੌਥੀ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਦੂਸਰੀ ਸਾਈਡ ਨੂੰ ਸ਼ੁਰੂ ਹੋ ਜਾਂਦਾ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਆ 14 ਸਲਾਈਆਂ ਬਣ ਗਈਆਂ ਤੇ ਡਿਜ਼ਾਈਨ ਸਾਡਾ ਫਿਰ ਇੱਧਰ ਵਾਲੀ ਸਾਈਡ ਨੂੰ ਆਉਣਾ ਸ਼ੁਰੂ ਹੋ ਗਿਆ ਅੱਗੇ ਤੋਂ ਅੱਗੇ ਜਦੋਂ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਇਹ ਇਸ ਤਰ੍ਹਾਂ ਲੱਗੇਗਾ ਆ ਵੇਖੋ ਇੱਥੇ ਮੈਂ ਦੋ ਡਿਜ਼ਾਈਨ ਬਣਾਏ ਹੋਏ ਨੇ ਇੱਥੇ ਇੱਕ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਇਆ ਇੱਧਰਲੀ ਸਾਈਡ ਵਾਲਾ ਇੱਥੇ ਦੋ ਡਿਜ਼ਾਈਨ ਬਣਾਏ ਇਹੀ 14 ਗੁੰਡੇ ਜਿਹੜੇ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਬਹੁਤ ਹੀ ਪਿਆਰਾ ਸਾਡਾ ਡਿਜ਼ਾਈਨ ਜਿਹੜਾ ਉਹ ਬਣਦਾ ਜਾਣਾ ਹੈ ਤੇ ਪਲੀਜ਼ ਇੱਕ ਰਿਕਵੈਸਟ ਮੈਂ ਹੋਰ ਕਰਨਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਸਾਡਾ ਇੱਕ ਦੂਸਰਾ ਚੈਨਲ ਹੈ ਜਿਸ ਦਾ ਨਾਮ ਹੈ ਕਿ ਸਾਡਾ ਹੁਨਰ ਤੇ ਉਸ ਨੂੰ ਵੀ ਤੁਸੀਂ ਜਰੂਰ ਸਪੋਰਟ ਕਰੋ ਉਸ ਦਾ ਲਿੰਕ ਮੈਂ ਉਹਦੀ ਵੀਡੀਓ ਦਾ ਆਈ ਬਟਨ ਵਿੱਚ ਉੱਪਰ ਦੇ ਦਾਂਗੀ ਤੇ ਉਸ ਚੈਨਲ ਨੂੰ ਵੀ ਪਲੀਜ਼ ਜਰੂਰ ਸਪੋਰਟ ਕਰੋ ਇਸੇ ਤਰ੍ਹਾਂ ਉਸ ਚੈਨਲ ਨੂੰ ਵੀ ਪਿਆਰ ਦਿਓ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਹੋਏਗੀ ਤੇ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ